ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤੁਸੀਂ ਨਾਮ ਜ਼ਬਾਨ ਚੌਧਰੀ ਸਬਰ ਸ਼ਿਰਾਜ਼। ਇਸ ਟਾਈਮ ਜਿਹੜਾ ਜੀ ਵੀਡੀਓ ਸੀਰੀਅਲ ਨਿਊ ਟਾਊਨ ਚਕਸੂਵਾੜ ਜ਼ਿਲ੍ਹਾ ਮੀਰਪੁਰ ਆਜ਼ਾਦ ਕਸ਼ਮੀਰ, 4 ਜੁਲਾਈ 2024। ਨਾਜ਼ਰੀਨ ਤੱਕ ਹੀ ਸਕਣੇ ਹੋ ਨਿਊ ਟਾਊਨ ਚਕਸੂਵਾੜੇ ਅੰਦਰ ਜਿਹੜਾ ਜਿਹਨਾਂ ਦਾ ਗਾਹ ਬਣੀ ਰਿਹਾ। ਇਹ ਨਾਜ਼ਰੀਨ ਮਾੜੀ ਸੋਚ ਮੁਤਾਬਕ ਸਮੇਂ ਬੁੱਝਿਆ ਕਿ 92 ਲੱਖ ਰੁਪਏ ਨਾਲ ਤਿਆਰ ਹੋ ਰਿਹਾ। ਅਤੇ ਇਹ ਨਾਜ਼ਰੀਨ ਸਟਾਰਟਿੰਗ ਤੱਕ ਕਿਸੇ ਨੂੰ ਕੰਧ ਜਿਹੜੀ ਚੜ੍ਹੀ ਸੀ, ਇਹ ਬਾਰਿਸ਼ ਨੂੰ ਉਹਨੇ ਟੀਕੀ ਹੈ। ਇਸਦੀ ਕਿਆ ਵਜ੍ਹਾ ਹੋ ਸਕਣੀ ਹੈ ਇਹ ਤਾਂ ਅੱਲਾ ਜਾਣਾ। ਅੱਜ ਕੱਲ੍ਹ ਠੇਕੇ ਜਿਹੜੇ ਹੋਏ ਹੋਏ ਨੇ, ਤੁਸੀਂ ਪਤਾ ਕੀ ਅੱਜ ਹੋਏ ਨੇ, ਕੀ ਜੇ ਨਹੀਂ ਹੋ ਰਹੇ ਕੰਮ, ਸਮਾਂ ਤਾਂ ਬਿਹਤਰ ਜਾਂਦੇ ਹੋ। ਅਤੇ ਬਾਕੀ ਨਾਜ਼ਰੀਨ ਅਸਲੀ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ 92 ਲੱਖ ਰੁਪਇਆ ਲਾਇਕ ਹੈ ਇਹ ਜਿਹਨਾਂ ਦਾ ਗਾਹ ਜਿਹੜੀ ਤਿਆਰ ਹੋਈ ਸੀ ਤੱਕ ਸਕਣਾ। ਇੱਕ ਨਾਜ਼ਰੀਨ ਲੋਹੇ ਦਾ ਪੱਤਰਾ ਪਰ ਪਿਆ ਹੈ, ਅਗਰ ਗਰਮੀ ਹੋਣੀ ਨਾਜ਼ਰੀਨ ਇਸੀ ਤਪਸ਼ੀ ਜ਼ਿਆਦਾ ਹੋ ਸੀ। ਪਲੱਸ ਨਾਜ਼ਰੀਨ ਜਿਹਨਾਂ ਦਾ ਗਾਹ ਇਹ ਬਹੁਤ ਛੋਟਾ ਬਣੀ ਰਿਹਾ, ਜਿਸਦੀ ਪਮੈਸ਼ ਤਕਰੀਬਨ ਸਾਈਮਿੰਗ ਨਹੀਂ ਪਤਾ, ਲੇਕਿਨ ਜਿਸਾ ਮੈਂ ਥੋੜ੍ਹਾ ਬੁਝਿਆ ਸੀ ਕਿ 50 ਫੁੱਟ ਬਾਈ 50 ਬਣੀ ਰਿਹਾ। ਇਸੇ ਨਾਜ਼ਰੀਨ ਕਿਧਰੇ ਬੰਦੇ ਮਿੱਟ ਸਨ ਜਿਨ੍ਹਾਂ ਦੇ ਬਣੀਆਂ ਆਲਣਾ ਕਿਹੜਾ। ਜਿਸ ਟਾਈਮ ਕੋਈ ਜ਼ਿਆਦਾ ਪੜਨ ਹੋਣਾ ਉਸ ਟਾਈਮ ਨਾਜ਼ਰੀਨ ਬਾਰਿਸ਼ ਹੋ ਜਾਣੀ ਹੈ, ਉਸ ਟਾਈਮ ਨਾਲ ਜ਼ਿਆਦਾ ਤਾਦਾਦ ਹੋਣੀ ਹੈ, ਫਿਰ ਬੰਦੇ ਕੋਲ ਖੜ ਸਕ। ਅਗਰ ਨਾਜ਼ਰੀਨ ਮੰਗਲਾ ਡੈਮ ਇੰਤਜ਼ਾਮੀਆਂ ਨਿਊ ਟਾਊਨ ਚਕਸੂਵਾੜੀ ਇੰਤਜ਼ਾਮੀਆਂ ਗੜ ਜਿਨ੍ਹਾਂ ਦਾ ਗਾਹ ਬਣਾਉਣ ਵੀ ਲੱਗੀ ਸੀ, ਇਸਕੀ ਥੋੜ੍ਹਾ ਬੜਾ ਬਣਾਉਣਾ ਤਾਂ ਕਿ ਨਾਜ਼ਰੀਨ ਜ਼ਿਆਦਾ ਨਹੀਂ 2500 ਬੰਦੇ ਦੀ ਤਾਦਾਦ ਤੱਕ ਬੰਦਾ 3000 ਤੱਕ ਬੰਦਾ ਖਰੀਦ ਸਕਿਆ ਸੀ। ਬਸ ਨਾਜ਼ਰੀਨ ਤੱਕ ਹੀ ਸਕਣੇ ਕੰਮ ਹੋਈ ਰਿਹਾ ਸਰਾਂ। ਪਹਿਲੇ ਸਟਾਰਟਿੰਗ ਤੁਸੀਂ ਮੈਂ ਕੰਮ ਦੱਸਿਆ ਸੀ ਸਰਾਂ, ਜਿਲ੍ਹਾ ਬੁਨਿਆਦਾਂ ਪੜਨ ਹੋਈ ਸਾਂ, ਨੈੱਟ ਕਾਬਲੇ ਕਿਸੇ ਲੱਗੇ ਸਾਂ, ਡਿੰਗ ਪਿੰਗ ਬਣਤਾ ਸੀ ਨਿਜ਼ਾਮ, ਨਿਜ਼ਾਮ ਚੱਲਣਾ ਸੀ। ਅਤੇ ਇਸ ਟਾਈਮ ਨਾਜ਼ਰੀਨ ਥੱਲੇ ਕੰਕਰੀਟ ਕਰੀ ਉੜੀ ਹੈ, ਉਹਨੀ ਸਹੀ ਦੱਸਣ ਲੱਗਾ ਸੀਗੀ। ਅਤੇ ਬਾਕੀ ਸਭ ਤੋਂ ਪਹਿਲੇ ਮੈਂ ਸ਼ੁਕਰ ਅਦਾ ਕਰਨਾ ਡਾਕਟਰ ਮੁਸ਼ਤਾਕ ਅਹਿਮਦ ਚੌਧਰੀ ਸਾਹਿਬ ਨਾਲ, ਜਿਲ੍ਹਾ ਨਾਜ਼ਰੀਨ ਇਹਨਾਂ ਨੇ ਵਾਲਦਾ ਮੋਹਤਰਮਾ ਫੋਤ ਹੋਏ ਸਾਂ, ਉਸ ਟਾਈਮ ਗੱਲਬਾਤ ਦੂਸਰੀ ਤੀਸਰੀ ਕਬਰ ਸੀ। ਤੇ ਉਹਨਾਂ ਨੇ ਕਾਫੀ ਨਾਜ਼ਰੀਨ ਜਿਹੜਾ ਇਹ ਗਰਾਊਂਡ ਸੀ ਨਜ਼ਰ ਆ ਰਿਹਾ ਸੀ, ਗਰਾਊਂਡ ਦੀ ਸ਼ਕਲ ਬਣਵਾਈ ਸੀ ਇਹਨਾਂ ਨਾਲ, ਇੱਕ ਕੋਸ਼ਿਸ਼ ਕਰੀ ਕਿ ਮੈਂ ਕਹੀ ਬਾਈਕ ਹੈ। ਡਾਕਟਰ ਮੁਸ਼ਤਾਕ ਅਹਿਮਦ ਨਾਜ਼ਰੀਨ ਇਹਨਾਂ ਤਲਕ ਜਿਹੜੀ ਠੀਕ ਨੇ ਚਕਸੂਵਾੜੇ ਨਾਲ ਹੈ। ਅਤੇ ਬਾਕੀ ਨਾਜ਼ਰੀਨ ਸਾਂ ਇਹ ਤੱਕ ਹੀ ਸਕਣੇ ਹੋ ਜਿਹਨਾਂ ਦਾ ਗਾਹ ਤਿਆਰ ਹੋਈ ਰਿਹਾ। ਕਿਆ ਨਾਜ਼ਰੀਨ ਇੱਥੇ ਇਤਨੀ ਤਾਦਾਦ ਮਿੱਟੀ ਸਕ ਸੀ? ਅਤੇ ਬਾਕੀ ਨਾਜ਼ਰੀਨ ਕੰਮ ਸੁਣ ਸਾਹਮਣੇ ਹੈ, ਕੰਮ ਤੱਕੀ ਸੀ ਜਦੋਂ ਸਟਾਰਟਿੰਗ ਤੋਂ, ਕਿ ਠੀਕ ਹੈ ਇਸਦੀ ਕਿਆ ਵਜ੍ਹਾ ਹੋ ਸਕਣੀ ਹੈ, ਕਿਤਨੀਆਂ ਜ਼ਿਆਦਾ ਬਾਰਿਸ਼ਾਂ ਵੀ ਇੰਨੀਆਂ ਜਾਂ ਹੋਈਆਂ, ਅਤੇ ਕੰਧ ਉਹਨੇ ਟਿੱਕ ਗਈ ਹੈ। ਅਤੇ ਬਾਕੀ ਮੈਂ ਗੁਜ਼ਾਰਿਸ਼ ਕਰਨਾ ਅਵਾਮ ਇਲਾਕਾ ਗੀ ਕਿ ਗੱਲਬਾਤ ਕੜੀ ਕਿ ਇਸਕੀ ਨਮਾਜ਼ ਜਨਾਜ਼ਾ ਨਜਵਾਸ ਸੀ ਜਿਹੜੀ ਇਸਕੀ ਮਸਜਿਦ ਵਧਾਇਆ ਜਾਏ। ਅਤੇ ਬਾਕੀ ਨਾਜ਼ਰੀਨ ਮਿਸਤਰੀ ਮਜ਼ਦੂਰ ਲੱਗੇ ਹਾਂ, ਪਲਸਤਰ ਕੜੀ ਰਹੇ ਹਾਂ। ਅਤੇ ਬਾਕੀ ਨਾਜ਼ਰੀਨ ਮਾੜੀ ਸੋਚ ਇਹ ਹੈ ਕਿ ਇੱਕ ਪੱਤਰਾ ਲੱਗਾ ਹੈ, ਇਸ ਤਰ੍ਹਾਂ ਨਾਜ਼ਰੀਨ ਗਰਮੀ ਹੋ ਸੀ, ਜ਼ਿਆਦਾ ਤਪਸ਼ ਹੋ ਸੀ, ਕਿਸ ਤਰ੍ਹਾਂ ਲੋਕ ਇੱਥੇ ਜਨਾਜ਼ਾ ਖਲ ਕੇ ਪੜ ਸਕ। ਸਿਰਫ ਨਾਜ਼ਰੀਨ ਬਾਰਿਸ਼ ਦੀ ਵਜ੍ਹਾ ਤੋਂ ਕੋਈ ਪਾਣੀ ਰੁਕੀ ਸੀ, ਲੇਕਿਨ ਉਹ ਵੀ ਨਾਜ਼ਰੀਨ ਸਾਈਡ ਨਾਲ ਇੱਕ ਸਾਈਡ 'ਤੇ ਕੰਧ ਚੜ੍ਹੀ ਰਹੀ ਹੈ। ਅਤੇ ਬਾਕੀ ਕਹਿੰਦਾ ਕੰਧਾਂ ਚੜਸਾਂ ਜਾਂ ਨਹੀਂ ਚੜਨੇ, ਲੇਕਿਨ ਉਹ ਵੀ ਨਾਜ਼ਰੀਨ ਅਗਰ ਬਾਰਿਸ਼ ਆਉਣੀ ਹੋ ਸੀ ਛੱਟਾ ਜਾ ਸੀ ਸਾਰਾ। ਅਤੇ ਬਾਕੀ ਨਾਜ਼ਰੀਨ ਕਿਆ ਦੱਸਾਂ, ਕਿਆ ਵੀਡਿਆ ਕਿਆ ਨਹੀਂ ਵੀਡਿਆ ਇਹ ਲਾ ਜਾਣਾ। ਅਤੇ ਬਾਕੀ ਮੈਂ ਗੁਜ਼ਾਰਿਸ਼ ਕਰਨਾ ਨਿਊ ਟਾਊਨ ਚਕਸੂਵਾੜੀ ਨਿਜ਼ਾਮੀਆ ਗੀ ਕਿ ਤੇਰਾ ਸ਼ਜਰਾ ਕਾੜੀ ਵੀ ਕਰੀ ਉੜਾ, ਜ਼ਰਾ ਨਾਜ਼ਰੀਨ ਇੱਥੇ ਗਰਮੀ ਨਹੀਂ ਸ਼ਿੱਦਤ ਵੀ ਵਧਣੀ ਜਾਣੀ ਹੈ। ਅਤੇ ਬਾਕੀ ਜਿਹੜੀ ਕਬਿਸਤਾਨ ਦੀ ਗੱਲਬਾਤ ਕਰਾਂ, ਅਗਰ ਨਾਜ਼ਰੀਨ ਖਾਸ ਫੈਸਿਲਿਟੀ ਤਾਂ ਕੋਈ ਦਿੱਤੀ ਨਿਊ ਸਿਟੀ ਨਾਜ਼ਰੀਨ, ਅਗਰ ਕੋਈ ਇੱਕ ਫੈਸਿਲਿਟੀ ਸਹੀ ਹੋਇਆ ਨਾਜ਼ਰੀਨ ਸਮੀ ਪਾਓ, ਕੋਈ ਨਿਊ ਸਿਟੀ ਦੇ ਅੰਦਰ ਕੋਈ ਫੈਸਿਲਿਟੀ ਖਾਸ ਕੋਈ ਨਹੀਂ ਅਜੇ ਤੱਕ ਲੱਭੀ। ਅਸਾਂ ਮੰਗਲਾ ਡੈਮ ਨੇ ਕਿਤਨੀਆਂ ਬੜੀਆਂ ਕੁਰਬਾਨੀਆਂ ਦਿੱਤੀਆਂ, ਲੇਕਿਨ ਅੱਜ ਤੱਕ ਨਾਜ਼ਰੀਨ ਅਸੀਂ ਕੋਈ ਇੱਕ ਫੈਸਿਲਿਟੀ ਲੱਭੀ। ਬਾਕੀ ਮਾੜੀ ਸਾਹਿਬ ਵੀਡੀਓ ਤੱਕੋ, ਜਜ਼ਾਕ ਅੱਲਾ ਹਾਫਿਜ਼।